ਜਦੋਂ ਗੱਲ ਕੈਨੇਡਾ ਦੀ ਹੁੰਦੀ ਹੈ ਉਦੋਂ ਸਟੂਡੈਂਟ ਨੂੰ ਗੁੰਮਰਾਹ ਕੀਤਾ ਜਾਂਦਾ ਜਾਂ ਸਟੂਡੈਂਟ ਠੱਗੀ ਦਾ ਸ਼ਿਕਾਰ। ਡਿਫਰੈਂਟ ਡਿਫਰੈਂਟ ਲੋਕਾਂ ਦੀ ਸਟੇਟਮੈਂਟ, ਡਿਫਰੈਂਟ ਡਿਫਰੈਂਟ ਏਜੰਟ ਜਾਂ ਕੰਸਲਟੈਂਟ ਸੋਸ਼ਲ ਮੀਡੀਆ ਮਾਧਿਅਮ ਦੇ ਆ ਕੇ ਜਿੱਦਾਂ ਜਿੱਦਾਂ ਇਨਫੋਰਮੇਸ਼ਨ ਦਿੰਦੇ ਆ, ਅੱਜ ਸਟੂਡੈਂਟ ਮਾਰਕੀਟ ਦੇ ਵਿੱਚ ਇਹ ਕਨਫਿਊਜ਼ ਹੈ। ਅੱਜ ਵੀ ਕਈ ਕੰਸਲਟੈਂਟ ਐਸੇ ਆ, ਬੜੇ ਵੱਡੇ ਨਾਮ ਹੈ, ਮੈਂ ਨਾਂ ਨਹੀਂ ਲਊਂਗਾ ਉਹਨਾਂ ਦਾ, ਜਿਨ੍ਹਾਂ ਨੇ ਇੱਕ ਵੀ ਸਪਾਊਸ ਵੀਜ਼ਾ ਕੈਨੇਡਾ ਨੇ ਲਵਾਇਆ। ਜਿਹੜੇ ਵੀ ਐਪਲੀਕੈਂਟ ਦਾ ਸੁਪਨਾ ਸੀਗਾ ਕਿ ਕੈਨੇਡਾ ਜਾਣਾ, 6 ਈ ਚ ਨਾ ਹੋਣ ਕਰਕੇ ਸਮਝੌਤਾ ਕਰਨਾ ਪੈਂਦਾ ਸੀਗਾ। ਅਲਾਸ 6-7 ਮਹੀਨਿਆਂ ਦੀ ਕੀ ਜਰਨੀ ਰਹੀ ਸੀਗੀ, ਉਸ ਬਾਰੇ ਅੱਜ ਚਰਚਾ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਗੱਲ ਕਰਾਂਗੇ ਜੀ ਕੈਨੇਡਾ ਵੀਜ਼ਾ ਬਾਰੇ। ਜਦੋਂ ਗੱਲ ਕੈਨੇਡਾ ਦੀ ਹੁੰਦੀ ਹੈ ਉਦੋਂ ਵੀਜ਼ਿਆਂ ਦੀ ਵੀ ਗੱਲ ਹੁੰਦੀ, ਰਿਜੈਕਸ਼ਨ ਦੀ ਵੀ ਹੁੰਦੀ ਹੈ, ਰੂਲਸ ਦੀ ਵੀ ਗੱਲ ਹੁੰਦੀ ਹੈ, ਅਤੇ ਬਹੁਤ ਸਾਰੀ ਇੱਦਾਂ ਦੀ ਇਨਫੋਰਮੇਸ਼ਨ ਵੀ ਮਿਲਦੀ ਹੈ ਕਿ ਸਟੂਡੈਂਟ ਨੂੰ ਗੁੰਮਰਾਹ ਕੀਤਾ ਜਾਂਦਾ ਜਾਂ ਸਟੂਡੈਂਟ ਠੱਗੀ ਦਾ ਸ਼ਿਕਾਰ ਹੁੰਦਾ। ਬਟ ਅਲਾਸ 6-7 ਮਹੀਨਿਆਂ ਦੀ ਕੀ ਜਰਨੀ ਰਹੀ ਸੀਗੀ, ਉਸ ਬਾਰੇ ਅੱਜ ਚਰਚਾ ਕਰਾਂਗੇ। ਬਹੁਤ ਸਾਰੇ ਐਪਲੀਕੈਂਟ ਐਸੇ ਕਿ ਹਜੇ ਵੀ ਕੈਨੇਡਾ ਨੂੰ ਲੈ ਕੇ ਕਨਫਿਊਜ਼ ਨੇ, ਜਾਣਾ ਜ਼ਰੂਰ ਚਾਹੁੰਦੇ ਆ। ਡਿਫਰੈਂਟ ਡਿਫਰੈਂਟ ਲੋਕਾਂ ਦੀ ਸਟੇਟਮੈਂਟ, ਡਿਫਰੈਂਟ ਡਿਫਰੈਂਟ ਏਜੰਟ ਜਾਂ ਕੰਸਲਟੈਂਟ ਸੋਸ਼ਲ ਮੀਡੀਆ ਮਾਧਿਅਮ ਦੇ ਆ ਕੇ ਜਿੱਦਾਂ ਜਿੱਦਾਂ ਇਨਫੋਰਮੇਸ਼ਨ ਦਿੰਦੇ ਆ, ਅੱਜ ਸਟੂਡੈਂਟ ਮਾਰਕੀਟ ਦੇ ਵਿੱਚ ਇਹ ਕਨਫਿਊਜ਼ ਹੈ ਕਿ ਕਿਹੜਾ ਜੱਜ ਦਾ ਕੰਸਲਟੈਂਟ ਆ ਜਾਂ ਕਿਹੜਾ ਕੰਸਲਟੈਂਟ ਐਸਾ ਕਿ ਜਿਹੜਾ ਸਾਡੀ ਗੱਲ ਨੂੰ ਸਮਝ ਸਕੇ, ਰੂਲਸ ਨੂੰ ਸਾਨੂੰ ਸਮਝਾ ਸਕੇ, ਜਿਹਦੇ ਨਾਲ ਨਾਲ ਬੱਚਾ ਆਪਦਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰ ਸਕੇ। ਸੋ ਅੱਜ ਉਸੇ ਮੈਟਰ ਦੇ ਉੱਪਰ ਆਪਾਂ ਡਿਸਕਸ਼ਨ ਕਰਾਂਗੇ ਜੀ। ਬੈਕ ਟੂ ਦ ਬੇਸਿਕਸ, ਅਗਰ 2022 ਦੀ ਅਪਡੇਸ਼ਨ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲੇ ਸਟੂਡੈਂਟ ਦੇ ਦਿਮਾਗ ਦੇ ਵਿੱਚ ਹੈ ਜੀ ਸਪਾਊਸ ਵੀਜ਼ਾ ਐਪਲੀਕੇਸ਼ਨ। ਓਮ ਗਲੋਬਲ ਇਨੀਸ਼ੀਏਟ ਲਿਆ ਸੀਗਾ ਕਿ ਸਪਾਊਸ ਵੀਜ਼ਾ ਐਪਲੀਕੇਸ਼ਨ ਅਸੀਂ ਸਟਾਰਟ ਕਰ ਰਹੇ ਹਾਂ। ਅੱਜ ਵੀ ਕਈ ਕੰਸਲਟੈਂਟ ਐਸੇ ਆ, ਬੜੇ ਵੱਡੇ ਨਾਮ ਹੈ, ਮੈਂ ਨਾਂ ਨਹੀਂ ਲਊਂਗਾ ਉਹਨਾਂ ਦਾ, ਜਿਨ੍ਹਾਂ ਨੇ ਇੱਕ ਵੀ ਸਪਾਊਸ ਵੀਜ਼ਾ ਕੈਨੇਡਾ ਨੇ ਲਵਾਇਆ। ਉਹਨਾਂ ਨੂੰ ਅੱਜ ਵੀ ਲੱਗਦਾ ਕਿ ਕੈਨੇਡਾ ਸਪਾਊਸ ਵੀਜ਼ਾ ਨਹੀਂ ਹੁੰਦੇ। 2022 ਦੇ ਵਿੱਚ ਓਮ ਗਲੋਬਲ ਨੇ ਇਨੀਸ਼ੀਏਟ ਲਿਆ ਸੀਗਾ ਕਿ ਸਪਾਊਸ ਵੀਜ਼ਾ ਐਪਲੀਕੇਸ਼ਨ ਕਰਾਂਗੇ ਜੀ। ਉਹਦੇ ਵਿੱਚ ਐਮਬੈਸੀ ਦੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਐਮਬੈਸੀ ਨੇ ਕਿਹਾ ਸੀਗਾ ਕਿ ਸਪਾਊਸ ਜਾਂ ਡਿਪੈਂਡੈਂਟ ਤੁਸੀਂ ਇਹ ਕੰਪਨੀ ਕਰ ਸਕਦੇ ਹੋ, ਕੁਆਲੀਫਿਕੇਸ਼ਨ ਮੈਟਰ ਨਹੀਂ ਕਰਦੀ, ਚਾਹੇ ਉਹ 12th ਹੈ, ਗ੍ਰੈਜੂਏਟ ਹੈ ਜਾਂ ਮਾਸਟਰਸ ਹੈ। ਇਨੀਸ਼ੀਏਟ ਲੈਣ ਤੋਂ ਬਾਅਦ ਅਸੀਂ ਐਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ ਅਤੇ ਨਾਲ ਦੇ ਨਾਲ ਹੀ ਵੱਡੇ ਪੱਧਰ ਦੇ ਉੱਤੇ ਕੈਨੇਡਾ ਦੇ ਸਪਾਊਸ ਵੀਜ਼ਾਜ਼ ਹਾਸਲ ਕੀਤੇ। ਬੜਾ ਰੌਲਾ ਪਾਇਆ ਸੀਗਾ, ਸਪਾਊਸ ਵੀਜ਼ਾ ਹੁੰਦੇ ਪਏ ਨੇ, ਜਿਨ੍ਹਾਂ ਜਿਨ੍ਹਾਂ ਨੇ ਟਰੱਸਟ ਕੀਤਾ, ਬਿਲੀਵ ਕੀਤਾ, ਅਤੇ ਅੱਜ ਉਹਨਾਂ ਦੇ ਵੀਜ਼ੇ ਵੀ ਲੱਗੇ ਨੇ। ਇੱਕੋ ਫਲਾਈਟ 'ਚ ਇਕੱਠੇ ਹਸਬੈਂਡ ਵਾਈਫ ਜਾਣਾ ਚਾਹੁੰਦੇ ਸੀਗੇ, ਅੱਜ ਉਹ ਕੈਨੇਡਾ ਵੀ ਪਹੁੰਚ ਚੁੱਕੇ ਆ। ਸੋ ਜਿੱਦਾਂ ਰੂਲ ਚੇਂਜ ਹੋਏ, ਬਹੁਤ ਵੱਡੀ ਖੁਸ਼ਖਬਰੀ, 10 ਅਗਸਤ ਜਿਹੜੇ ਵੀ ਐਪਲੀਕੈਂਟ ਦਾ ਸੁਪਨਾ ਸੀਗਾ ਕਿ ਕੈਨੇਡਾ ਜਾਣਾ, 6 ਈ 'ਚ ਨਾ ਹੋਣ ਕਰਕੇ ਸਮਝੌਤਾ ਕਰਨਾ ਪੈਂਦਾ ਸੀਗਾ ਆਸਟ੍ਰੇਲੀਆ, ਯੂਕੇ, US, ਨਿਊਜ਼ੀਲੈਂਡ ਜਾਂ ਯੂਰੋਪੀਅਨ ਕੰਟਰੀਜ਼ ਦੇ ਵਿੱਚ। ਬਟ ਜਦੋਂ ਰਿਕੁਆਇਰਮੈਂਟ 10 ਅਗਸਤ ਨੂੰ ਡਾਊਨ ਆਈ, ਕੈਨੇਡਾ ਅੰਬੈਸੀ ਨੇ ਕਿਹਾ ਕਿ 6 ਬੈਂਡ ਓਵਰ ਬੰਦਾ ਐਪਲੀਕੈਂਟ ਜਿਹੜਾ ਵੀ ਅਪਲਾਈ ਕਰੂਗਾ ਕੈਨੇਡਾ ਵੀਜ਼ਾ ਹਾਸਲ ਕਰ ਸਕਦਾ। ਸੋ ਮੈਟਰ ਨਹੀਂ ਕਰਦਾ 1-5 ਹੈ, 2-5 ਹੈ, 3-5 ਜਾਂ 1-5, ਈਵਨ 6 ਓਵਰਆਲ 1-4 ਵਾਲੇ ਬੈਂਡ ਬੱਚੇ ਨੇ ਵੀ ਵੀਜ਼ਾ ਹਾਸਲ ਕੀਤਾ ਸੀਗਾ। ਬਟ ਜਿੱਦਾਂ ਹੀ ਉਹ ਦੌੜ ਸ਼ੁਰੂ ਹੋਈ, ਉਸ ਦੌੜ 'ਚ ਹਰ ਇੱਕ ਆਉਣਾ ਸ਼ੁਰੂ ਹੋ ਗਿਆ। ਸੋ ਜਿਹੜੇ ਬੰਦੇ ਨੇ ਕਦੀ ਆਪਦਾ ਵੀਜ਼ਾ ਨਹੀਂ ਲਿਆ ਸੀਗਾ, ਉਹ ਵੀ ਕੰਸਲਟੈਂਟ ਬਣਿਆ, ਸਬਜ਼ੀ ਵਾਲੇ ਏਜੰਟ ਬਣੇ, ਪਾਣ ਵਾਲੇ ਏਜੰਟ ਬਣੇ, ਅਤੇ ਅੱਜ ਕਿਸੇ ਉਹ ਕੱਪੜੇ ਵਾਲੇ ਕੋਲ ਵੀ ਕੱਪੜੇ ਲੈਣ ਜਾਂਦੇ ਸੀਗੇ, ਉਹ ਵੀ ਕਹਿੰਦਾ ਲਿਆਓ ਭਾਅ ਜੀ ਕੈਨੇਡਾ ਦਾ ਵੀਜ਼ਾ ਕਰਾ ਦਿੰਦਾ। ਸੋ ਜਦੋਂ ਕਹਿੰਦਾ ਘੜਾ ਭਰ ਜਾਂਦਾ ਟੁੱਟਦਾ ਜ਼ਰੂਰ ਆ, ਉਹੀ ਚੀਜ਼ ਹੋਈ। ਜਿੱਦਾਂ ਹੀ ਸਾਲ 2024 ਆਉਣਾ ਸ਼ੁਰੂ ਹੋਇਆ, ਕੈਨੇਡਾ ਨੇ ਇੱਕ ਅਪਡੇਟ ਦਿੱਤੀ ਜੀ GIC ਡਬਲ ਕਰਨ ਦੀ।
31 ਦਸੰਬਰ 2023 ਤੋਂ ਪਹਿਲੇ ਪਹਿਲੇ ਜਿੰਨੀਆਂ ਫਾਈਲਾਂ ਲੱਗਣੀਆਂ ਸੀਗਾ, ਲਾਸਟ ਡੇਟ 31 ਦਸੰਬਰ 2023। ਜਿੰਨੇ ਵੀ ਐਪਲੀਕੈਂਟ ਆਪਦੇ ਸਟੂਡੈਂਟ ਵੀਜ਼ਾ ਅਪਲਾਈ ਕਰਨਗੇ ਉਹ $10,200 GST ਦੇ ਨਾਲ ਦਾਖਲਾ ਲੈ ਸਕਦੇ ਨੇ ਜੀ। ਸੋ ਜਿਹੜੇ ਵੀ ਐਪਲੀਕੈਂਟ 1 ਜਨਵਰੀ 2024 ਤੋਂ ਅਪਲਾਈ ਕਰਨਗੇ ਉਹਦੀ GST ਵੱਧ ਕੇ 20,635 ਹੋ ਜਾਊਗੀ। ਸੋ ਬਹੁਤ ਸਾਰੇ ਸਟੂਡੈਂਟ ਐਂ ਸੋਚਦੇ ਕਿ GST ਵੱਧ ਗਈ ਹੈ ਤਾਂ ਖਾਸ ਕਾਰਨ, ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਆ ਰਹੇ ਸੀਗੇ ਕਿ ਸਾਡੇ ਕੋਲ ਸਰਵਾਈਵ ਨਹੀਂ ਹੋ ਪਾ ਰਿਹਾ। ਇਸ ਚੀਜ਼ ਨੂੰ ਦੇਖਦੇ ਹੋਏ ਕੈਨੇਡੀਅਨ ਗਵਰਨਮੈਂਟ ਨੇ ਇੱਕ ਡਿਸੀਜ਼ਨ ਲਿਆ, 10,200 ਨਾਲ ਸਰਵਾਈਵ ਨਹੀਂ ਹੋ ਰਿਹਾ ਉਹਨੂੰ ਆਪਾਂ ਡਬਲ ਕਰ ਦਿੰਦੇ ਹਾਂ, ਜੋ ਕਿ $20,635 ਹੋ ਗਈ। ਸਮਾਂ ਬੀਤਿਆ, 1 ਜਨਵਰੀ ਤੋਂ ਬਾਅਦ ਦੀਆਂ ਐਪਲੀਕੇਸ਼ਨਾਂ ਸਾਰੀਆਂ 20,635 ਦੇ ਨਾਲ ਹੀ ਲੌਗਇਨ ਹੋਣੀਆਂ ਸਟਾਰਟ ਹੋਈਆਂ ਅਤੇ ਵੀਜ਼ੇ ਵੀ ਆਏ। ਸੋ ਅਗਰ ਆਪਾਂ 10 ਅਗਸਤ ਤੋਂ ਅੱਜ ਦੀ ਡੇਟ 'ਚ ਵੀ ਆਪਾਂ ਦੇਖਦੇ ਹਾਂ ਕਿ ਹਜੇ ਤੱਕ ਕੋਈ ਇੱਕਾ ਦੁੱਕਾ ਐਪਲੀਕੇਸ਼ਨ ਹੋਊਗੀ ਜਿਹੜੀ ਰਿਜੈਕਟ ਹੋਈ ਹੋਊਗੀ, ਬਟ ਉਹ ਵੀ ਤਰੀਕੇ ਨਾਲ ਜਿਹੜੀ ਰੀਲੌਂਚ ਕੀਤੀ ਹੈ ਵੀਜ਼ੇ ਆਏ ਆ। ਫਿਰ ਚਾਹੇ ਉਹ 50% ਮਾਰਕਸ ਸੀਗੇ, ਉਹ 12 ਤੋਂ 15 ਸਾਲ ਦਾ ਗੈਪ ਸੀਗਾ ਜਾਂ 10 ਤੋਂ 12 ਮਾਰ ਰਿਜੈਕਸ਼ਨ ਸੀਗੀ, ਸਾਰਿਆਂ ਦੇ ਵੀਜ਼ੇ ਦੇਖਣ ਨੂੰ ਮਿਲੇ। ਉਸ ਤੋਂ ਬਾਅਦ ਗਰਜ ਡਿੱਗਦੀ ਹੈ ਜੀ 22 ਜਨਵਰੀ 2024। ਅਪਡੇਸ਼ਨ ਆਉਂਦੀ ਹੈ ਕਿ ਕੈਨੇਡਾ ਸਪਾਊਸ ਐਪਲੀਕੇਸ਼ਨ +2 ਬੇਸ 'ਤੇ ਬੰਦ ਕਰ ਰਿਹਾ। ਕਾਰਨ ਕਿ ਜਦੋਂ +2 ਵਾਲਾ ਬੱਚਾ ਸਪਾਊਸ ਵੀਜ਼ਾ 'ਤੇ ਕੈਨੇਡਾ ਪਹੁੰਚਦਾ ਸੀਗਾ, ਆਫਟਰ 1 ਮੰਥ ਡਾਈਵੋਰਸ ਕੇਸਿਸ ਫਾਈਲ ਹੋ ਰਹੇ ਸੀਗੇ। ਜਦੋਂ ਇਹ ਚੀਜ਼ ਕੈਨੇਡਾ ਸਰਕਾਰ ਨੂੰ ਪਤਾ ਲੱਗੀ, ਉਹਨਾਂ ਨੇ ਇਮੀਡੀਏਟ ਐਕਸ਼ਨ ਲਿੱਤਾ ਅਤੇ ਨਾਲ ਦੇ ਨਾਲ ਹੀ ਕਿਹਾ ਕਿ ਜਿੰਨੇ ਵੀ ਐਪਲੀਕੈਂਟ ਹੈਗੇ ਆ +2 ਬੇਸ 'ਤੇ ਸਪਾਊਸ ਲੈ ਰਹੇ ਆ ਜੀ, ਇਸ 'ਤੇ ਰੋਕ ਲਾਈ ਜਾਏ। ਬਟ ਜਿਹੜੇ ਐਪਲੀਕੈਂਟ ਗ੍ਰੈਜੂਏਟ ਹੈ, ਮਾਸਟਰ ਡਿਗਰੀ 'ਚ ਦਾਖਲਾ ਲੈਣਾ ਚਾਹੁੰਦੇ, ਉਹਨਾਂ ਲਈ ਅੱਜ ਵੀ ਸਪਾਊਸ ਵੀਜ਼ਾ ਓਪਨ ਹੈ। ਸੋ ਕੋਈ ਐਡੀ ਵੱਡੀ ਗੱਲ ਨਹੀਂ ਹੈ। ਚਾਹੇ ਤੁਸੀਂ ਪਹਿਲਾਂ UK ਦੀ ਗੱਲ ਕਰਦੇ ਸੀਗੇ, ਉਹ ਵੀ ਗ੍ਰੈਜੂਏਸ਼ਨ ਬੇਸਿਸ 'ਤੇ ਸਪਾਊਸ ਹੁੰਦਾ ਸੀਗਾ, ਅੱਜ ਵੀ ਆਸਟ੍ਰੇਲੀਆ ਗ੍ਰੈਜੂਏਸ਼ਨ ਬੇਸਿਸ 'ਤੇ ਸਪਾਊਸ ਵੀਜ਼ਾ ਦਿੰਦਾ। ਸੋ ਕੈਨੇਡਾ ਲਈ ਐਡੀ ਵੱਡੀ ਗੱਲ ਨਹੀਂ ਹੈਗੀ। ਸੋ ਜਿਹੜੇ ਵੀ ਐਪਲੀਕੈਂਟ ਗ੍ਰੈਜੂਏਟ ਹੈ, ਮਾਸਟਰਸ ਪੜ੍ਹਨ ਜਾਣਾ ਚਾਹੁੰਦੇ ਆ ਅਤੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਨੇ। ਇਹਦੇ ਨਾਲ ਨਾਲ ਇੱਕ ਹੋਰ ਵੱਡੀ ਗਰਜ ਆਈ, ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ। ਸਟੂਡੈਂਟ ਦੇ ਦਿਲਾਂ 'ਤੇ ਡਰ ਸੀਗਾ ਹੀ ਸੀਗਾ, ਜਿਹੜੇ ਨਵੇਂ ਉੱਠੇ ਏਜੰਟ ਸੀਗੇ ਉਹ ਬੈਕ ਆਪਦੇ ਪੁਰਾਣੇ ਕੰਮਾਂ 'ਤੇ ਆ ਗਏ। ਸੋ ਜਿਹੜਾ ਕੰਮ ਕਰਦਾ ਸੀਗਾ ਉਹੀ ਕੰਮ 'ਚ ਆ ਗਿਆ। ਸੋ ਇਮੀਗ੍ਰੇਸ਼ਨ ਤੋਂ ਪੈਰ ਦੂਰ ਕਰ ਲਿਆ। ਕਿਉਂ? ਕਿਉਂਕਿ ਜਦੋਂ ਕੋਟਾ ਸਿਸਟਮ ਡਿਲੀਵਰ ਹੋਇਆ, ਹਰ ਇੱਕ ਪ੍ਰੋਵਿੰਸ ਨੂੰ ਉਨੇ ਕੁ ਸੀਟਸ ਮਿਲਣਗੀਆਂ, ਹਰ ਇੱਕ ਕਾਲਜ ਨੂੰ ਉਨੀਆਂ ਕੁ ਸੀਟਸ ਮਿਲਣਗੀਆਂ। ਸੋ ਕੋਟਾ ਸਿਸਟਮ ਦੇ ਅਕੋਰਡਿੰਗਲੀ ਜਿਹੜੇ ਬੰਦਿਆਂ ਦਾ ਖੁਦ ਦਾ ਕਾਲਜ ਨਾਲ ਟਾਇਅਪ ਸੀਗਾ, ਸਿਰਫ ਉਹੀ ਕੰਮ ਕਰ ਰਹੇ ਆ। ਪਹਿਲਾਂ ਇਹ ਹੁੰਦਾ ਸੀਗਾ ਕਿ ਕੋਈ ਕੈਪਿੰਗ ਨਹੀਂ ਸੀਗੀ, ਕੋਈ ਕੋਟਾ ਨਹੀਂ ਸੀਗਾ। ਸੋ ਛੋਟਾ ਏਜੰਟ ਵੱਡੇ ਏਜੰਟ ਨੂੰ ਆਪਦੀ ਐਪਲੀਕੇਸ਼ਨ ਦਿੰਦਾ ਸੀਗਾ, ਜੀ ਮੇਰਾ ਵੀਜ਼ਾ ਕਰਾ ਦਿਓ। ਸੋ ਵੱਡਾ ਏਜੰਟ ਉਹਦਾ ਵੀਜ਼ਾ ਕਰਵਾ ਵੀ ਦਿੰਦਾ ਸੀਗਾ, ਉਹ ਬੱਲੇ ਬੱਲੇ ਆਪਦੀ ਕਰਾ ਲੈਂਦਾ ਸੀਗਾ। ਬਟ ਸੀਟਸ ਲਿਮਿਟਡ ਨੇ, ਹੁਣ ਵੱਡਾ ਏਜੰਟ ਕਹਿੰਦਾ ਜੀ ਮੈਂ ਕਿਸੇ ਨੂੰ ਡਿਲੀਵਰ ਨਹੀਂ ਕਰੂੰਗਾ, ਮੈਂ ਆਪਦੇ ਬੱਚੇ ਆਪ ਹੀ ਭੇਜੂੰਗਾ। ਉਹ ਕੋਟੇ ਸਿਸਟਮ ਕਰਕੇ, ਅਟੈਸਟੇਸ਼ਨ ਲੈਟਰ ਕਰਕੇ ਅੱਜ ਉਹ ਜਿਹੜੀ ਵਰਾਇਟੀ ਵੋਲੀਅਮ ਸੀਗੀ ਉਹ ਘੱਟ ਗਈ ਹੈ। ਸੋ ਹੁਣ ਜਿਹੜੇ ਵੀ ਐਪਲੀਕੈਂਟ ਕੈਨੇਡਾ ਵੀਜ਼ਾ ਲੈਣਾ ਚਾਹੁੰਦੇ ਆ, ਸੋ ਜਿਹੜੇ ਆਪਦੇ ਆਪ ਨੂੰ ਕੈਨੇਡਾ ਦਾ ਧੁਰੰਦਰ ਕਹਿੰਦੇ ਸੀਗੇ, ਕੋਈ ਕੈਨੇਡਾ ਵੀਜ਼ਾ ਕਿੰਗ ਕਹਿੰਦਾ ਸੀਗਾ, ਕੋਈ ਕੈਨੇਡਾ ਦਾ ਮਾਰਥੀ ਕਹਿੰਦਾ ਸੀਗਾ, ਅੱਜ ਕਿਸੇ ਨਾ ਕਿਸੇ ਖੁੱਡ 'ਚ ਲੁਕੇ ਫਿਰਦੇ ਆ। ਸੋ ਅੱਜ ਉਹੀ ਏਜੰਟ ਕੋਈ ਸਾਈਪ੍ਰਸ ਕਹਿੰਦਾ ਪਿਆ ਜੀ ਜਾਓ, ਕੋਈ ਕਹਿੰਦਾ ਸਿੰਗਾਪੁਰ ਜਾਓ, ਅਤੇ ਕੋਈ ਕਹਿੰਦਾ ਜੀ ਮਲੇਸ਼ੀਆ, ਦੁਬਈ, ਇੱਦਾਂ ਦੀ ਕੰਟਰੀਆਂ ਦੇ ਵਿੱਚ ਜਾਓ। ਸੋ ਅਗੇਨ ਇਸ ਚੀਜ਼ ਦੇ ਉੱਤੇ ਕਲੈਰਿਟੀ ਦਿੰਦਾ ਜੀ, ਅੱਜ ਵੀ ਓਮ ਗਲੋਬਲ ਦੇ ਕੋਲ ਸੀਟਸ ਅਵੇਲੇਬਲ ਨੇ। ਸੋ ਇਹ ਬੈਕ ਟੂ ਦੀ ਜਰਨੀ, ਜੋ ਵੀ ਚੀਜ਼ਾਂ ਹੁੰਦੀਆਂ ਹੈਗੀਆਂ, ਓਮ ਗਲੋਬਲ ਪਹਿਲਾਂ ਵੀ ਉੱਥੇ ਖੜਾ ਸੀਗਾ, ਅੱਜ ਵੀ ਉੱਥੇ ਖੜਾ। ਸੋ ਇਕਲੌਤੀ ਕੰਪਨੀ ਪੰਜਾਬ ਦੀ ਜਿੰਨੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਸਭ ਤੋਂ ਜਲਦੀ ਹਾਸਲ ਕੀਤੇ, ਅਤੇ ਪਹਿਲੀ ਕੰਪਨੀ ਐਸੀ ਹੈ ਕਿ ਜਿੰਨੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇ ਉੱਪਰ ਵੀਜ਼ਾ ਹਾਸਲ ਕੀਤਾ। ਸੋ ਜਿਹੜੇ ਵੀ ਐਪਲੀਕੈਂਟ ਹੈ ਕੈਨੇਡਾ ਵੀਜ਼ਾ ਲਾਉਣਾ ਚਾਹੁੰਦੇ ਨੇ, 1 ਦਿਨ ਦੇ ਵਿੱਚ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਅਪਰੂਵ ਕਰਾਵਾਂਗੇ ਜੀ। 15 ਦਿਨਾਂ 'ਚ ਬੱਚੇ ਦੀ ਫਾਈਲ ਨੂੰ ਅੰਬੈਸੀ ਦੇ ਵਿੱਚ ਲੌਗਇਨ ਕਰਾਂਗੇ ਅਤੇ ਬੱਚਾ ਆਪਦਾ ਵੀਜ਼ਾ ਹਾਸਲ ਕਰ ਸਕਦਾ। ਸੋ ਕਰੰਟ ਸਿਨੈਰੀਓ ਦੀ ਗੱਲ ਕਰੀਏ, 5 ਤੋਂ 6 ਦਿਨ ਦੇ ਵਿੱਚ ਕੈਨੇਡਾ ਦਾ ਵੀਜ਼ਾ ਆ ਰਿਹਾ ਜੀ। ਇਹਦੇ ਨਾਲ ਨਾਲ ਇੱਕ ਹੋਰ ਨਵਾਂ ਇਨੀਸ਼ੀਏਟ ਲਿਆ ਸੀਗਾ,
ਜਿੱਦਾਂ ਜਿੱਦਾਂ ਮਾਰਕੀਟ ਦੇ ਵਿੱਚ ਚੀਜ਼ਾਂ ਦੇਖਣ ਨੂੰ ਮਿਲੀਆਂ। ਸੋ ਕਿਤੇ ਨਾ ਕਿਤੇ ਐਸਾ ਵੀ ਬੱਚਾ ਸੀਗਾ ਜਿਹਦਾ ਬਜਟ ਘੱਟ ਸੀਗਾ, ਬੱਚਾ ਚਾਹੁੰਦਾ ਸੀਗਾ ਕੈਨੇਡਾ ਜਾਣਾ ਬਟ ਜੇਬ ਨਹੀਂ ਅਲਾਓ ਕਰਦੀ ਸੀਗੀ, ਪੇਰੈਂਟ ਚਾਹੁੰਦਾ ਸੀਗਾ ਆਪਦੇ ਬੱਚਿਆਂ ਨੂੰ ਕੈਨੇਡਾ ਭੇਜਣਾ ਬਟ ਉਹਦੀ ਜੇਬ ਨਹੀਂ ਅਲਾਓ ਕਰਦੀ ਸੀਗੀ। ਸੋ ਕਹਿੰਦੇ ਨਾ ਜੀ ਚਾਦਰ ਦੇਖ ਕੇ ਪੈਰ ਪਸਾਰਨਾ ਚਾਹੀਦਾ। GIC ਤੋਂ ਪਹਿਲੇ ਬਹੁਤ ਸਾਰੀ ਐਪਲੀਕੇਸ਼ਨ ਲੱਗੀਆਂ, ਜਿੱਦਾਂ ਹੀ GIC ਡਬਲ ਹੋਈ 13 ਕੁ ਲੱਖ ਰੁਪਏ GIC ਆ ਜਾਂਦੀ ਹੈ, 14-15 ਲੱਖ ਰੁਪਇਆ ਫੀਸ ਆ ਜਾਂਦੀ ਹੈ। ਸੋ ਜਿਹੜੇ ਬੱਚੇ ਨੇ ਕੈਨੇਡਾ ਜਾਣਾ 26-27 ਲੱਖ ਹੈਗਾ ਸਿਰਫ ਉਹੀ ਕੈਨੇਡਾ ਜਾ ਸਕਦਾ, ਅਦਰਵਾਈਜ਼ ਨਹੀਂ ਜਾ ਸਕਦਾ। ਉਹ 'ਤੇ ਵੀ ਇਨੀਸ਼ੀਏਟ ਹੋਮ ਗਲੋਬਲ ਨੇ ਲਿਆ ਅਤੇ ਪਹਿਲੀ ਕੰਪਨੀ ਅਸੀਂ ਮਾਣ ਦੇ ਨਾਲ ਕਹਿੰਦੇ ਹਾਂ ਜੀ ਇਸ ਚੀਜ਼ ਨੂੰ। ਜਿਹੜਾ ਵੀ ਐਪਲੀਕੈਂਟ ਕੈਨੇਡਾ ਜਾਣਾ ਚਾਹੁੰਦਾ September 2024 ਇਨਟੇਕ 'ਚ ਦਾਖਲਾ ਲੈਣਾ ਚਾਹੁੰਦਾ, 15 ਦਿਨ 'ਚ ਆਪਦੀ ਫਾਈਲ ਨੂੰ ਅੰਬੈਸੀ 'ਚ ਲਾਉਣਾ ਚਾਹੁੰਦਾ, ਇੰਕਲੂਡਿੰਗ ਆਫਰ ਲੈਟਰ ਇੰਕਲੂਡਿੰਗ ਪ੍ਰੋਵਿੰਸਲ ਅਟੈਸਟੇਸ਼ਨ ਲੈਟਰ ਸਾਰਾ ਕੁਛ ਇੰਕਲੂਡ ਕਰਕੇ 15 ਦਿਨ 'ਚ ਜਿਹੜਾ ਵੀ ਐਪਲੀਕੈਂਟ ਆਪਦੀ ਫਾਈਲ ਨੂੰ ਕੈਨੇਡਾ 'ਚ ਲਾਉਣਾ ਚਾਹੁੰਦਾ ਓਮ ਗਲੋਬਲ ਦੇ ਨਾਲ ਰਾਬਤਾ ਕਰ ਸਕਦਾ। ਓਮ ਗਲੋਬਲ ਸਿਰਫ 14,47,000 ਦੇ ਵਿੱਚ ਬੱਚੇ ਨੂੰ ਕੈਨੇਡਾ ਦਾ ਵੀਜ਼ਾ ਸਿਲੈਕਟ ਕਰਾ ਕੇ ਦਊਗੀ। ਸੋ ਅਗੇਨ ਰਿਪੀਟ ਕਰਦਾ ਜੀ, ਇੰਕਲੂਡਿੰਗ GIC ਇੰਕਲੂਡਿੰਗ ਫੀਸ 14,47,000 ਦੇ ਵਿੱਚ ਕੈਨੇਡਾ ਦਾ ਵੀਜ਼ਾ ਲੈ ਕੇ ਦਾਂਗੇ। ਸੋ ਇਹ ਸੀਗਾ ਜੀ ਓਵਰਵਿਊ ਕੈਨੇਡਾ ਦਾ। ਸੋ ਲਾਸਟ 6-7 ਮਹੀਨਿਆਂ ਦੇ ਵਿੱਚ ਕੀ ਤਬਦੀਲੀਆਂ ਆਈਆਂ, ਕਿੱਦਾਂ ਕਿੱਦਾਂ ਆਈਆਂ ਅਤੇ ਅੱਜ ਦੀ ਡੇਟ ਦੇ ਵਿੱਚ ਖੜ੍ਹੇ ਹਾਂ ਜੀ। ਅੱਜ ਓਮ ਗਲੋਬਲ ਦੇ ਕੋਲ ਪ੍ਰੋਵਿੰਸੀਅਲ ਅਟੈਸਟੇਸ਼ਨ ਲੈਟਰ ਹੈਗੇ ਆ ਜੀ, ਕੋਈ ਵੀ ਐਪਲੀਕੈਂਟ ਕੈਨੇਡਾ ਜਾਣਾ ਚਾਹੁੰਦਾ ਡਾਕੂਮੈਂਟ ਜੈਨੂਅਨ ਹੋਣੇ ਚਾਹੀਦੇ ਨੇ। ਤੁਹਾਡੇ 6 ਬੈਂਡ ਓਵਰਆਲ ਨੇ, 2 'ਚ 5.5, 3 'ਚ 5.5, 1 'ਚ 5 ਮੈਟਰ ਨਹੀਂ ਕਰਦਾ। ਜੇ PT ਕਰ ਚੁੱਕੇ ਹੋ 60 PT ਹੈਗਾ ਤਾਂ ਵੈਲਕਮ ਹੈ ਜੀ। ਕੰਡੀਸ਼ਨ ਇੱਕ ਰਹੇਗੀ ਜੀ, ਡਾਕੂਮੈਂਟ ਸਾਰੇ ਜੈਨੂਅਨ ਹੋਣੇ ਚਾਹੀਦੇ, ਫੇਕ ਡਾਕੂਮੈਂਟ ਹੈ ਜੀ ਸਾਡੇ ਕੋਲ ਕੋਈ ਨਾ ਹੈ, ਸਾਨੂੰ ਉਹ ਐਪਲੀਕੈਂਟ ਨਹੀਂ ਚਾਹੀਦਾ ਜਿਹਦੇ ਕਾਗਜ਼ ਨਕਲੀ ਹੈ। ਤੁਹਾਡਾ ਪੜ੍ਹਾਈ ਦੇ ਵਿੱਚ 15 ਸਾਲ ਦਾ ਗੈਪ ਹੈ, ਕੋਈ ਮੈਟਰ ਨਹੀਂ ਕਰਦਾ ਜੀ ਇਹਦੇ ਵਿੱਚ। 12-15 ਵਾਰੀ ਕੈਨੇਡਾ ਤੋਂ ਰਿਫਿਊਜ਼ ਹੋ, ਚਲੋ ਲੋਕ ਕਹਿੰਦੇ ਕਿ ਕਿਸੇ ਕੰਟਰੀ ਤੋਂ ਰਿਫਿਊਜ਼, ਅਸੀਂ ਕਹਿੰਦੇ ਜੇ ਕੈਨੇਡਾ ਤੋਂ ਵੀ ਰਿਫਿਊਜ਼ ਹੋ ਤਾਂ ਵੀ ਸਾਡੇ ਕੋਲ ਆਓ ਜੀ, ਫੀਸ ਦੇ ਸਕਦੇ ਹੋ ਵੀਜ਼ਾ ਲੱਗਣ ਦੇ ਬਾਅਦ, ਬਿਨਾਂ ਨਿੱਕਾ ਪੈਸਾ ਖਰਚੇ ਆਪਦਾ ਵੀਜ਼ਾ ਹਾਸਲ ਕਰ ਸਕਦੇ ਹੋ। ਸਿਰਫ ਅਤੇ ਸਿਰਫ 14,47,000 'ਚ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕਦੇ ਹੋ ਅਤੇ ਪੈਸੇ ਦੇ ਸਕਦੇ ਹੋ ਵੀਜ਼ਾ ਲੱਗਣ ਤੋਂ ਬਾਅਦ। ਸੋ ਇਹ ਮੇਰਾ ਮੋਟਿਵ ਸੀਗਾ ਜੀ ਇਨਫੋਰਮੇਸ਼ਨ ਦੇਣ ਦਾ। ਸੋ ਹਜੇ ਵੀ ਕਿਸੇ ਨੂੰ ਕੋਈ ਕਲੈਰਟੀ ਚਾਹੀਦੀ ਹੈ ਸਾਡੀ ਨਜ਼ਦੀਕੀ ਕਿਸੇ ਵੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ 92-160-92-160। ਉਮੀਦ ਕਰਦਾ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ ਹੋਏਗੀ, ਅਗਰ ਲੱਗੀ ਹੈ ਤਾਂ ਆਪਣੇ ਫਰੈਂਡ ਸਰਕਲ ਆਪਣੇ ਰਿਲੇਟਿਵ ਦੇ ਵਿੱਚ ਸ਼ੇਅਰ ਕਰੋ, ਸੋ ਦੈਟ ਕਿ ਕਿਸੇ ਦਾ ਚੰਗਾ ਕਿ ਭਵਿੱਖ ਬਣ ਸਕੇ।